वतन दी आंदी है, जिंद रोंदी ते कुरलांदी है, भावे ओ में को याद करेंदा नहीं, पर में को याद ते आंदी है। में को मुझ वतन दी राम राम जी। मुल्तानी बोली चैनल इतवारा स्वागत है। आज असा वेंदे पे हैं माता लेखी बाई दे घर, जिन्हां दी उम्र 95 साल है। उन्हां नाल असा मुलाकात करे सू। अज असा उन्हां दे घर आए हैं, उन्हां दे घर ये सामने आ गए। देखें आज दरवाज़ा कौन खुलेंदे। राम राम जी। राम राम जी, राम राम। और जी क्या हाल चाल है? बढ़िया। घर परिवार ठीक है? साहब बढ़िया, फर्स्ट क्लास। आइए, मोस्ट वेलकम। आइए, थैंक यू जी, थैंक यू। राम राम जी। मैं कमल नयन वर्मा, तुम्हारा अपना भरा मुल्तानी बोली चैनल एक तुम्हारा स्वागत है। आज मैं आया माता लेखी बाई को, जेडे अपने बारे सब कुछ दसे सन कि ਉਹ ਕਿੱਥੋਂ ਆਏ, ਕਿਵੇਂ ਆਏ ਤੇ ਕਿਆ ਕਿਆ ਜ਼ਿੰਦਗੀ 'ਚ ਉਹਨਾਂ ਨਾਲ ਘਟਿਤ ਹੋਏ, ਉਹ ਆਪਣੀ ਗੱਲ ਖੁਦ ਦੱਸੇ ਸਨ। ਮਾਤਾ ਜੀ ਰਾਮ ਰਾਮ। ਰਾਮ ਰਾਮ। ਕੀ ਹਾਲ ਹੈ ਮਾਤਾ ਜੀ? ਠੀਕ ਹੈ। ਘਰ ਪਰਿਵਾਰ ਠੀਕ ਹੈ? ਹਾਂ। ਤੇ ਮਾਤਾ ਜੀ ਇਹ ਦੱਸੋ ਤੁਹਾਡਾ ਨਾਂ ਕਿਆ ਹੈ? ਮਾਤਾ ਦਾ ਲੇਖੀ ਬਾਈ। ਲੇਖੀ ਬਾਈ। ਤੇ ਮਾਤਾ ਜੀ ਤੁਸੀਂ ਉਹ ਵੇਲੇ ਕਿਹੜੇ ਗਾਂਵ ਵਿੱਚ ਰਹਿੰਦੇ ਆਵੇ? ਹਾਂ, ਜਾਲਾਲੇ ਦੇ। ਜਾਲਾਲਾ ਇੱਕ ਵੱਡਾ ਗਾਂਵ ਆਈ ਜਾਂ ਨਿੱਕਾ ਗਾਂਵ ਆਈ? ਛੋਟਾ ਜਿਹਾ ਗਾਂਵ ਆਈ, ਆਪਣੇ 8 ਟੱਬਰ ਰਹਿੰਦੇ ਆ। ਬਸ 8-10 ਟੱਬਰ ਤੁਹਾਡੇ ਪਰਿਵਾਰ ਦੇ ਹਨ? ਹਾਂ, ਵੀ ਆ ਕੋਈ ਨਾ। ਹਿੰਦੂਆਂ ਦੇ ਇਲਾਵਾ ਮੁਸਲਮਾਨ ਵੀ ਰਹਿੰਦੇ ਹਨ ਉਹ ਗਾਂਵ ਵਿੱਚ? ਨਾ, ਆਪਣੇ ਸੁਨਾਰੇ ਰਹਿੰਦੇ। ਸਿਰਫ ਸੁਨਾਰੇ ਰਹਿੰਦੇ ਨੇ ਉੱਥੇ ਮੁਸਲਮਾਨ ਉਹ ਗਾਂਵ ਵਿੱਚ? ਉਹ ਕੋਣ ਹੈ? ਯਾਰ ਡਬ ਤਲਵਾਰ ਦਾ ਕੋਈ। ਸਿਰਫ ਸੁਨਾਰੇ ਦੇ 8-10 ਘਰ ਹਨ ਤੇ ਉਹ ਜਾਲ ਵਾਲੇ ਦੇ? ਹਾਂ, ਜਾਲ। ਤਾਂ ਪਾਣੀ ਮਿਲਵੇਂਦਾ ਹੀ ਆਰਾਮ ਨਾਲ ਜਾਂ ਪਾਣੀ ਦੀ ਦਿੱਕਤ ਆਈ? ਆਪਣਾ ਖੂਹ ਆਈ। ਆਪਣਾ ਖੂਹ ਆਈ, ਮਿੱਠਾ ਪਾਣੀ ਆਈ? ਹਾਂ, ਮਿੱਠਾ। ਤੇ ਮਾਤਾ ਜੀ ਇਹ ਦੱਸੋ, ਤੁਸੀਂ ਕਿਤਨੇ ਭੇਣ ਤੇ ਭਰਾ ਹਾਵੇ? ਹਮ ਇੱਕ ਭਰਾ ਹੈ, ਦੋ ਭੇਣਾ ਹੈ। ਦੋ ਭੇਣੀ ਤੇ ਇੱਕ ਭਰਾ। ਕਿਆ ਤੁਹਾਡੇ ਬਏ ਇੱਕ ਭਰਾ ਤੇ ਇੱਕ ਭੇਣ ਚ ਕੋਈ ਜ਼ਿੰਦਾ ਹੈ? ਨਾ, ਉਹ ਕੁਦਰਤ ਹੈ। ਤੇ ਜਿਹੜੇ ਵੇਲੇ ਤੁਹਾਡੀ ਸ਼ਾਦੀ થઈ ਆਈ, ਉਹ ਵੇਲੇ ਤੁਹਾਡੀ ਉਮਰ ਕਿਆ ਹੈ? ਉਹ ਵੇਲੇ 18 ਸਾਲ ਦੀ। 18 ਸਾਲ ਦੀ ਸ਼ਾਦੀ થઈ ਆਈ। ਤੇ ਜਿਹੜੇ ਤੁਹਾਡੇ ਪਤੀ ਦੇਵ ਹਨ, ਉਹ ਕਿੱਥੋਂ ਦੇ ਹਨ? ਕਾਜ਼ੀ ਦੀ ਬਸਤੀ ਦੇ। ਤੇ ਇੱਥੇ ਮੈਂ ਦਰਸ਼ਕਾਂ ਨੂੰ ਇਹ ਆਖਣਾ ਚਾਹਤਾ ਕਿ ਮੈਂ ਅਗਰ ਮਾਤਾ ਜੀ ਕੋਲ ਇਹ ਪੁੱਛਾਂ ਕਿ ਇਹਨਾਂ ਦੇ ਪਤੀ ਦੇਵ ਦਾ ਨਾਂ, ਇਹਨਾਂ ਦੇ ਹਸਬੈਂਡ ਦਾ ਨਾਂ ਕਿਆ ਹੈ, ਤੇ ਕਈ ਵਾਰੀ ਜਨਾਨੀਆਂ ਜਿਹੜੇ ਹਿੰਦੂ ਕਮਿਊਨਿਟੀ ਦੇ ਹਨ ਬਜ਼ੁਰਗ, ਉਹ ਆਪਣੇ ਪਤੀ ਦਾ ਨਾਂ ਨਹੀਂ ਕਹਿੰਦੇ, ਹਸਬੈਂਡ ਦਾ ਨਾਂ ਨਹੀਂ ਕਹਿੰਦੇ। ਤੇ ਉਹਨਾਂ ਦਾ ਸ਼ੋਰ ਸਾਰੇ ਕੋਲ ਨਾਲ ਬੈਠੇ ਨੋਤਨ ਜੀ ਸੋਨੀ, ਤੇ ਮੈਂ ਉਹਨਾਂ ਕੋਲ ਪੁੱਛਣਾ ਚਾਹਤਾ ਕਿ ਉਹਨਾਂ ਦੇ ਪਿਤਾ ਜੀ ਦਾ ਨਾਂ ਕਿਆ ਹੈ। ਨੋਤਨ ਜੀ ਨਮਸਕਾਰ। ਤੇ ਨੋਤਨ ਜੀ ਇਹ ਦੱਸੋ ਕਿ ਤੁਹਾਡੇ ਪਿਤਾ ਜੀ ਦਾ ਨਾਂ ਕਿਆ ਹੈ? ਮੇਰੇ ਪਿਤਾ ਜੀ ਦਾ ਨਾਂ ਸ਼੍ਰੀ ਦੌਲਤ ਰਾਮ ਜੀ। ਤੇ ਕਿਆ ਤੁਸੀਂ ਡਿੱਠੇ ਆਏ ਹਨ? ਮੈਂ ਆਪਣੇ ਪਿਤਾ ਜੀ ਦੀ ਸ਼ਕਲ ਕਾਹੀ ਡਿੱਠੀ ਹੋਈ, ਔਰ ਮੈਂ 1 ਸਾਲ ਦਾ ਹਾਂ ਤੇ ਮੇਰੇ ਪਿਤਾ ਜੀ ਦੀ ਸਵਰਗਵਾਸ ਹੋ ਗਏ। ਦੇਖੋ ਜੀ, ਬੜੇ ਦੁੱਖ ਦਾ ਵਿਸ਼ੇ ਹੈ ਕਿ ਨੋਤਨ ਜੀ ਉਮਲੇ 1 ਸਾਲ ਦੇ ਹਨ ਤੇ ਇਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ। ਮਾਤਾ ਜੀ ਤੁਸੀਂ ਇਹ ਦੱਸੋ, ਜਿਹੜੇ ਵੇਲੇ ਤੁਹਾਡੀ ਸ਼ਾਦੀ થઈ ਤੇ ਤੁਸੀਂ ਕਾਜ਼ੀ ਦੀ ਬਸਤੀ ਲੱਗੇ ਗਏ, ਤੇ ਜਿਹੜਾ ਤੁਹਾਡਾ ਘਰ ਵਾਲਾ ਹੈ ਉਹ ਕਿਹੜਾ ਕੰਮ ਕਰਦਾ ਹੈ? ਉਹਲੇ ਸੁਨਾਰਿਆਂ ਦਾ ਕੰਮ ਕਰਦਾ। ਉਹਲੇ ਸੁਨਾਰਿਆਂ ਦਾ ਕੰਮ ਕਰਦਾ ਤੇ ਉਹ ਕਿਤਨੇ ਭੀਣ ਤੇ ਭਰਾ ਹਨ? ਚਾਰ। ਤੇ ਉਹਦੇ ਬਾਅਦ ਤੁਹਾਡੇ ਦੂ ਵੱਲ ਛੋਰ ਥੈਨ? ਇੱਕ ਛੋਰ ਉਥਾਈ ਪਿੱਛੋਂ ਉਡਾਈ ਦਮਾ ਹੈ ਕਾਜ਼ੀ ਦੀ ਬਸਤੀ ਚ ਰੂਪਚੰਦ। ਪਾਕਿਸਤਾਨ ਬਣ ਗਏ। ਇਹਨਾਂ ਦਾ ਛੋਰ ਰੂਪਚੰਦ ਪਹਿਲਾ ਬਾਲ ਜਮਾ ਹੈ, ਉਹਦੇ ਬਾਅਦ ਪਾਰਟੀਸ਼ਨ ਥੀ ਗਿਆ 1947 ਦਾ। ਤੇ ਉਹਦੇ ਬਾਅਦ ਜਿਹੜੇ ਵੇਲੇ ਇਹ ਮਾਤਾ ਜੀ ਉਹ ਪਾਸੋਂ ਛੋੜ ਕੇ ਹੀ ਪਾਸੇ ਆਏ, ਤੇ ਇਹਨਾਂ ਦਾ ਇੱਕ ਬੀਆ ਛੋਰ ਜਮਾ ਨੋਤਨ ਦਾਸ ਸੀ, ਜਿਹਨਾਂ ਨਾਲ ਮੈਂ ਤੁਹਾਡੀ ਹੁਣੇ ਮੁਲਾਕਾਤ ਕਰਵਾਈ। ਤਾਂ ਮਾਤਾ ਜੀ ਪਹਿਲੇ ਇਹ ਦੱਸੋ, ਉੱਥਾਂ ਜਿਹੜੇ ਰੀਤੀ ਰਿਵਾਜ਼ ਹਨ ਕਾਜ਼ੀ ਦੀ ਬਸਤੀ ਜਿਹੜੇ ਰਹਿੰਦੇ, ਕਾਜ਼ੀ ਦੀ ਬਸਤੀ ਵੀ ਵੱਡਾ ਗਾਂਵ ਹੈ ਜਾਂ ਛੋਟਾ ਗਾਂਵ ਹੈ? ਛੋਟਾ ਗਾਂਵ ਹੈ।
ਤੇ ਜ਼ਿਲ੍ਹਾ ਕਿਹੜਾ ਪਾਉਂਦਾ ਹੈ, ਮੁਜ਼ੱਫਰਗੜ੍ਹ ਜਾਂ ਕੋਈ ਮੀਆਂ ਵਾਲੀ ਆਈ? ਮੁਜ਼ੱਫਰਗੜ੍ਹ। ਤੇ ਉਹ ਵਾਲੇ ਕੱਪੜੇ ਤੁਸੀਂ ਕਿਹੋ ਜਿਹੇ ਪਹਿਨਦੇ ਰਹਿੰਦੇ ਆ ਬਈ? ਕੱਪੜੇ ਸਾਡੇ ਪਹਿਨਦੇ ਆ ਜੀ, ਸਲਵਾਰ ਕਮੀਜ਼। ਇਹ ਰੰਗੀਨ ਕੱਪੜੇ ਵੀ ਹੁੰਦੇ ਆ ਜਾਂ ਸਾਰੇ ਚਿੱਟੇ ਕੱਪੜੇ ਪਹਿਨਦੇ ਹਨ? ਨਾ, ਜਿਹੜੇ ਰੰਗਾਂ ਦੇ ਪਾਓ ਚਿੱਟੇ ਪਾਓ। ਅੱਛਾ, ਉਹ ਵਾਲੇ ਮਹਿੰਦੀ ਲਾਉਣ ਦਾ ਰਿਵਾਜ ਹੈ ਸ਼ਾਦੀਆਂ ਤੇ, ਜਿਹੜੇ ਦੁਲਹਨਾਂ ਬਣਦੇ ਹਨ, ਕੁਮਾਰਾਂ ਬਣਦੇ ਹਨ, ਮਹਿੰਦੀ ਲੈਂਦੇ ਆ ਤੇ ਮਹਿੰਦੀ ਲੈਂਦੇ ਆ ਤੇ। ਅੱਛਾ, ਮੇਰਾ ਤੇ ਹੱਥਾਂ ਦੇ ਤੇ ਉਹ ਆਗਾ ਵੀ ਲੈਂਦੇ ਹਨ, ਲੇਡੀ ਸੰਗੀਤ ਗਾਣੇ ਗਾਉਂਦੇ ਆ, ਕ੍ਰਿੰਤੀਆਂ ਗਾਣੇ ਗਾਉਂਦੇ ਹਨ, ਛੋਰੀ ਨੱਚਦੀਆਂ ਵੀ ਹਨ ਵਾਲੇ ਨੱਚਦੀਆਂ ਵੀ ਹਨ। ਤੇ ਘੋੜੀ ਤੇ ਬਿਲਾਵਣ ਦਾ ਵੀ ਰਿਵਾਜ ਹੈ ਦੂਲੇ ਕੋ? ਹਾਂ, ਦੂਲਾ ਘੋੜੀ ਚੜਦਾ ਹੈ। ਇਹ ਘੋੜੀ ਚੜਦਾ ਜਾਂ ਉੱਠਦਾ ਜਾਂ ਉੱਠਣੀ ਤੇ ਬਾਈ ਕੇ ਆਂਦਾ ਹੈ? ਉਹ ਉੱਠਾ ਤੇ ਬਾਈ ਕੇ ਆਂਦਾ ਹੈ। ਅੱਛਾ, ਜੇਤੇ ਘਰ ਆਦੇ ਆ ਤਾਂ ਹਾਂ ਉੱਥੇ ਘੋੜੀ ਚੜਦਾ। ਅੱਛਾ, ਵਲ ਘੋੜੀ ਤੇ ਆਂਦਾ ਹੈ, ਵੈਰੀ ਗੁੱਡ। ਤੇ ਇਹ ਦੱਸੋ, ਯਾ ਲਾਲਾ, ਤੂੰ ਕਾਜ਼ੀ ਦੀ ਬਸਤੀ ਕਿੰਨੀ ਦੂਰ ਆਈ? ਉਹ ਇੱਥੋਂ ਕੋਲਾ ਕਰਨਾਲ, ਕਰਨਾਲ ਯਾਨੀ ਕਿ 30-35 ਕਿਲੋਮੀਟਰ ਦੂਰ ਹੈ ਦਿੱਲੀ ਦਾ। ਦਿੱਲੀ ਤਾਂ ਬਹੁਤ ਦੂਰ ਹੈ, 90 ਕਿਲੋਮੀਟਰ ਦਿੱਲੀ ਤਾਂ ਇੱਥੋਂ। ਇੰਨਾ ਦੂਰ ਹੈ, ਇਤਨਾ ਦੂਰ ਹੈ ਯਾਨੀ ਕਿ ਕਾਜ਼ੀ ਦੀ ਬਸਤੀ ਤੇ ਜਾ ਲਾਲਾ ਬਹੁਤ ਦੂਰ ਦੂਰ ਹਨ। ਹਾਂ, ਦੂਰ ਹੈ। ਤੇ ਉਹਲੇ ਇਤਨੀ ਦੂਰੀ ਤੁਸਾਂ ਕਿਵੇਂ ਪੂਰੀ ਕੀਤੀ ਆਈ? ਕਚਾਵਿਆਂ ਤੇ ਬਾਈ ਕੇ ਜਾਂ ਬੈਲ ਗਾੜੀਆਂ ਜਾਂ ਬੱਸ ਹਨ? ਕਚਾਵੇ ਤੇ ਬਾਈ ਕੇ। ਕਚਾਵੇ ਵਾਤਾ ਤਾਂ ਕੋ ਦੂਰ ਹਾੜੇ ਲੱਗ ਗਏ ਉਸ ਨੇ ਵੰਦੇ ਵੰਦੇ ਪੂਰੀ ਰਾਤ, ਪੂਰੀ ਰਾਤ ਚਲਦੇ ਰਹੇ? ਬਹੁਤ ਦੂਰ ਹੈ ਜੀ, 90 ਕਿਲੋਮੀਟਰ ਦੂਰ। ਅਗਰ ਉਹਲੇ ਦੀ ਗੱਲ ਕਰਦੇ ਸਨ 47 ਤੋਂ ਪਹਿਲੇ ਦੀ, ਤੇ 90 ਕਿਲੋਮੀਟਰ ਉਹ ਵੀ ਉੱਠਾਂ ਤੇ ਚੜ੍ਹ ਕੇ ਕਚਾਵਿਆਂ ਤੇ ਬਾਈ ਕੇ ਅਗਰ ਵੰਦੇ ਬੰਦਾ ਤੇ ਬਹੁਤ ਦੂਰੀ ਹੈ, ਸੁਭਾਵਿਕ ਹੈ ਕਿ 2-3 ਦਿਹਾੜੇ ਇਹਨਾਂ ਕੋਲ ਲੱਗ ਗਏ ਸਨ। ਤੇ ਉਹਦੇ ਚ ਵੱਲ ਰਸਤੇ ਚ ਰੁਕਦੇ ਰਹਿੰਦੇ ਆਵੇ, ਖਾਣ ਪਾਣ ਜੋ ਵੀ ਹੈ ਥੋੜਾ ਰਸਤੇ ਰੁਕ ਜਾਂਦੇ ਆ ਸੇ, ਰਸਤੇ ਰੁਕਦੇ ਆਵੇ ਵੱਲ ਚਾਹ ਪਾਣੀ ਜੋ ਵੀ ਬਣੇਂਦੇ ਆਵੇ ਪੀਂਦੇ ਆਵੇ ਨਾਲ ਨਾਲ। ਨਿਸ਼ਾਰੇ ਬੜੇ ਮਾਮੇ ਆ ਉੱਥੇ ਰੁਕ ਜਾਂਦੇ ਆ। ਨਿਸ਼ਾਰੇ ਵਾਲਾ ਇਹ ਗਾਮ ਹੈ, ਉੱਥਾਂ ਇਹਨਾਂ ਦੇ ਮਾਮੇ ਹਨ, ਇਹ ਉੱਥਾਂ ਰੁਕਦੇ ਹਨ। ਚਲੋ, ਸ਼ਾਦੀ ਥੀ ਗਈ, ਬਾਲ ਥੀ ਗਿਆ, ਉਹਲੇ 3 ਚਵੇਰੀ ਤੁਹਾਡੇ ਗੁਜ਼ਰ ਗਏ ਤੇ ਇੱਕ ਚੌਥਾ ਬਾਲ ਤੁਹਾਡਾ ਜਮਾ ਰੂਪਚੰਦ, ਤੇ ਉਹਦੇ ਬਾਅਦ ਇਹ ਗਦਰ ਮੱਚ ਗਿਆ। ਹਾਂ, ਗਦਰ ਮੱਚ। ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਗਦਰ ਮੱਚ ਗਏ ਜਾਂ ਹੁਣ ਤਾਂ ਕੋਈ ਆਧੇ ਪੈਣ ਗਏ, ਹੁਣ ਇੱਥੋਂ ਨਿਕਲੋ ਸਾਰੇ? ਹਮਾਰੋ ਕਿ ਜੇ ਇੱਕ ਟਮ ਗਦਰ ਪਿਆ ਨਾ, ਤਾਂ ਪਤਾ ਚੱਲ। ਮੁਸਲਮਾਨੋ ਕੋ ਪਤਾ ਹੈ? ਅੱਛਾ, ਮੁਸਲਮਾਨੋ ਕੋ ਪਤਾ ਹੈ, ਤੁਹਾਨੂੰ ਕੋ ਨਾ ਪਤਾ ਹੈ? ਸਭ ਕੋ ਪਤਾ ਨਹੀਂ। ਤੇ ਤੁਹਾਨੂੰ ਕਾਹ ਆ ਕੇ ਆਖਾ ਕਿ ਹੁਣ ਤੁਸਾਂ ਵੀ ਹਿੰਦੂ ਜਿਹੜੇ ਨਹੀਂ ਪਾ ਸਕੋ ਨਾ ਰਾਸਨ ਹਿੰਦੂ ਉਹ ਉਹ ਪਾਸੇ ਬਣਨ? ਉਹ ਹੀ ਸਾਡਾ ਇੰਦਰ ਸੌਰੇ ਦਾ ਭਿਰਾ ਬੜਿਆ ਹੋਇਆ। ਅੱਛਾ, ਮੁਸਲਮਾਨ। ਅੱਛਾ, ਉਹ ਰਿਆ ਕੇ ਸਾਡੇ ਗੁਰੂ ਤੇ ਬਹਿ ਗਿਆ। ਭਈ ਉਹ ਕੁਹਾੜਾ ਮਾਰਾ ਨਾ ਸਾਡੇ ਡਰ ਕੋ, ਕੁਹਾੜੇ ਪਹਿਲੇ ਬਾਈ ਦੀ ਕਿ ਵੱਢੋ ਫਿਰ ਛੁੜਾ ਦੀ। ਦੇਖੋ ਜੀ ਦੋਸਤੋ, ਇੱਕ ਬਹੁਤ ਵੱਡੀ ਗੱਲ ਇੱਥਾਂ ਆ ਗਈ ਹੈ, ਕਿਉਂਕਿ ਸਾਡੀ ਸੋਚ ਹੈ ਕਿ ਅਸਾਂ ਆਪਣੇ ਪ੍ਰੋਗਰਾਮ ਵਿੱਚ ਨੈਗੇਟਿਵਿਟੀ ਕੋ ਨਾ ਦਿਖਾਉਂ, ਪੋਜ਼ਿਟਿਵਿਟੀ ਕੋ ਦਿਖਾਉਂ। ਸਾਡਾ ਇਹ ਪ੍ਰੋਗਰਾਮ ਕੋ ਬਣਾਉਣ ਦਾ ਮਕਸਦ ਹੈ, ਇੱਕ ਤਾਂ ਆਪਣੀ ਜ਼ੁਬਾਨ ਕੋ, ਮੁਲਤਾਨੀ ਸਰਾਇਕੀ ਜ਼ੁਬਾਨ ਕੋ ਪ੍ਰਮੋਟ ਕਰਨਾ, ਦੂਜਾ ਦੋਈਏ ਦੇਸ਼ਾਂ ਦੀ ਜਿਹੜੀ ਆਵਾਮ ਹੈ ਉਹਨਾਂ ਵਿੱਚ ਪਿਆਰ ਅਮਨ ਸਥਾਪਿਤ ਕਰਨਾ, ਇਹ ਸਾਡਾ ਉਦੇਸ਼ ਹੈ। ਇਹਨਾਂ ਨੇ ਜਿਹੜੀ ਬੜੀ ਵੱਡੀ ਗੱਲ ਕਰ ਦਿੱਤੀ ਹੈ ਕਿ ਇਹਨਾਂ ਦੇ ਸਹੁਰੇ ਦਾ ਦੋਸਤ ਆਈ ਜਿਹਦਾ ਨਾਂ ਆਈ ਦਾਇਆ, ਤੇ ਇਹਨਾਂ ਦੇ ਸਹੁਰੇ ਦਾ ਇੱਕ ਦੋਸਤ ਆਈ ਜੀ ਜਿਹਦਾ ਨਾਂ ਹੈ ਦਾਇਆ। ਤੇ ਜਿਹੜੇ ਵੇਲੇ ਇਹ ਪਤਾ ਚਲਾ ਕਿ ਹੁਣ ਕੁਛ ਮਾਰ ਕਾਟ ਜਮਣ ਵਾਲੀ ਹੈ ਜਾਂ ਹਿੰਦੂਆਂ ਕੋ ਉੱਥਾਂ ਵਾਲੀ ਜਗ੍ਹਾ ਛੋੜ ਕੇ ਇਹ ਪਾਸੇ ਭੇਜਣੇ, ਤੇ ਮਾਰ ਕਾਟ ਜਾਂ ਕੁਛ ਵੀ ਤੁਸਾਂ ਸਮਝ ਸਕਦੇ ਵੇ, ਤੇ ਉਹ ਆ ਕੇ ਇਹਨਾਂ ਦੇ ਦਰ ਦੇ ਬਾਹਰ ਬਹਿ ਗਿਆ ਔਰ ਉਹਨੇ ਆਖਿਆ ਕਿ ਜਿਹੜਾ ਵੀ ਤੁਹਾਡੇ ਪਾਸੇ ਦੇਖ ਸੀ ਮੈਂ ਖੜੋਤਾ, ਪਹਿਲੇ ਮੈਂ ਕੋ ਵੱਢੋ ਫਿਰ ਇਹ ਡੱਬੋ। ਤੇ ਜਿਹੜੇ ਵੀ ਲੋਕ ਆਏ ਮਾਰ ਕਾਟ ਕਰਨ ਵਾਲੇ, ਤੇ ਉਹ ਦਾਇਆ ਜਿਹੜਾ ਮੁਸਲਮਾਨ ਨੇ ਉਹਨੇ ਆਖਿਆ ਪਹਿਲੇ ਮੈਂ ਕੋ ਮੇਰੀ ਗਿੱਛੀ ਕਾ ਪੈਸੋ, ਪਿੱਛੇ ਇਹ ਪਾਸੇ ਤੱਕ ਵੰਨਣ ਦੇ ਸਾਂ। ਤੇ ਉਹਦੇ ਬਾਅਦ ਤੁਸਾਂ ਕਿਵੇਂ ਤੇ ਕਿੱਥਾਂ ਪਹੁੰਚਿਆ ਵੇ? ਪਹਿਲੇ ਜਿਹੜੇ ਵੇਲੇ ਗਦਰ ਮੱਚ ਗਿਆ, ਜਿਹੜੇ ਵੇਲੇ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਹਿੰਦੂ ਹੁਣ ਇਹ ਪਾਸੋਂ ਲੱਗੇ ਵੰਨਣ, ਤੇ ਤੁਸਾਂ ਪਹਿਲੇ ਕਿਹੜੇ ਪਾਸੇ ਗਏ? ਹਫ਼ਤੇ ਦੇ ਬਾਅਦ ਗਿਆ ਸੀ। ਕਿੱਥਾਂ? ਕਰੋੜ। ਹਫ਼ਤੇ ਦੇ ਬਾਅਦ 1 ਕਰੋੜ ਲੱਗੇ ਗਏ ਹਨ, ਪਰ ਕਰੋੜ ਕਿਤਨੇ ਦਿਹਾੜੇ ਰਹੇ ਆਵੇ ਤੁਸਾਂ? ਕਰੋੜ ਇੱਕ ਹਫ਼ਤਾ ਰਹੇ, ਗੱਡੀਆਂ ਆ ਗਿਆ। ਗੱਡੀਆਂ ਆ ਗਿਆ, ਵਲ ਗੱਡੀ ਤੇ ਬਹਿ ਕੇ ਤੁਸਾਂ ਕਿੱਥਾਂ ਆਏ? ਜਲੰਧਰ ਆਏ। ਗੱਡੀ ਤੇ ਬਹਿ ਕੇ ਜਲੰਧਰ ਆਏ, ਵਲ ਜਲੰਧਰ ਤੁਸਾਂ ਕਿਤਨੇ ਦਿਹਾੜੇ ਰਹੇ ਆਵੇ? ਜਲੰਧਰ ਬਹੀਦਾ ਦੂਰ ਰਹੇ। ਇੱਥਾਂ ਵਲ ਕਿਹੜੇ ਕਿਹੜੇ ਕੰਮ ਆ ਕੇ ਕੀਤੇ ਆਵੇ? ਕੋਈ ਕੰਮ ਨਹੀਂ, ਕੰਮ ਕੋਈ ਨਾ, ਵੱਡੇ ਛੋਟੇ ਹਾਂ ਕੁਲਾ ਕੇ ਬਾਹਰ ਗਏ। ਓਹੋ, ਦੇਖੋ ਜੀ ਬੰਦੇ ਸਭ ਕੁਛ ਛੋੜ ਛਾੜ ਕੇ ਆਏ ਹਨ, ਕੁਛ ਸਮਾਨ ਤੁਸਾਂ ਚਾਹ ਸਕਿਆ ਆਵੇ, ਗਹਿਣੇ ਜੇਵਰਾਤ ਕੁਛ? ਜੇਵਰ ਤਾਂ ਚਾਹੇ, ਜੇਵਰ ਚਾਹ ਆਵੇ, ਬਾਕੀ ਸਮਾਨ ਖਟੜੇ ਮੰਜੇ ਸਾਰੇ ਉਥੇ ਰਹਿ ਗਏ, ਸਾਰਾ ਪੂਰਾ ਘਰ ਭਰਿਆ। ਘਰ ਚ ਕਾ ਗਈਆਂ ਮੰਝੀਆਂ ਵੀ ਹਨ? ਗਈਆਂ, ਮੰਝਾ, ਬੱਕਰੀਆਂ, ਬੱਕਰੀਆਂ ਸਾਰਾ ਕੁਝ, ਮੁਰਗੀਆਂ ਵੀ ਹੋ ਸਕਦੇ ਨੇ, ਮੁਰਗੀਆਂ ਵੀ। ਤੇ ਦੇਖੋ ਜੀ ਸਭ ਕੁਛ ਪਿੱਛੋਂ ਛੋੜ ਆਏ, ਘਰ ਬਾਰ
ਸਿਰਫ ਅਗਰ ਕੁਛ ਚਾਹ ਸਕਦੇ ਹਨ ਤੇ ਉਹ ਛੜੇ ਕੱਪੜੇ ਹਨ ਜਿਹੜੇ ਪਾਤੀ ਵਧੀਆ ਜਾਂ ਇੱਕ ਅੱਧਾ ਜੋੜਾ ਬੀਆ ਚਾਹਤਾ ਉਸਨੇ ਜਾਂ ਸਭ ਕੁਛ ਛੋੜ ਆਏ ਤੇ ਸਿਰਫ ਗਹਿਣੇ ਜੇਵਰਾਤ ਜਿਹੜਾ ਜ਼ਰੂਰੀ ਸਮਾਨ ਆਈ ਉਹ ਇਹ ਚਾਹ ਕੇ ਆ ਗਏ ਜਲੰਧਰ ਆ ਗਏ ਉਹ ਵੇਚ ਕੇ ਖਾ ਗਏ ਜਲੰਧਰ ਆਏ ਤੇ ਰੋਜੀ ਰੋਟੀ ਦਾ ਕੋਈ ਸਾਧਨ ਹੈ ਕੋ ਨਾ ਜਿਹੜੇ ਗਹਿਣੇ ਹਨ ਸੋਨਾ ਉਹ ਵੇਚ ਕੇ ਆ ਗਏ ਤੇ ਇਹਨਾਂ ਨੇ ਜਿਹੜੀ ਗੱਲ ਇਹ ਕੀਤੀ ਹੈ ਕਿ ਬਜ਼ੁਰਗ ਬੰਦੇ ਹਾਂ ਕੂ ਲਾ ਕੇ ਇੱਥੇ ਕੰਮ ਕੋਈ ਰੁਜ਼ਗਾਰ ਕੋਈ ਨੀ ਰੁਜ਼ਗਾਰ ਕੋ ਨੀ ਕੰਮ ਕੋ ਨੀ ਉਹ ਯਾਰ ਬੇਲੀ ਕੋ ਨੀ ਖਾਵਣ ਤਾਂ ਹੈ ਖਾਵਣ ਤਾਂ ਹੈ ਲੇਕਿਨ ਉਹ ਓਝਾ ਵੀ ਖਾਵਣ ਕੋ ਨੀ ਜੇ ਜਾਂ ਉੱਥਾ ਖਾਂਦੇ ਹਨ ਤੇ ਉੱਥਾ ਜਿਹੜਾ ਖਾਣ ਪਾਣ ਆਈ ਉਹ ਮਾਤਾ ਜੀ ਕੇ ਜਾਈ ਰੋਟੀ ਸਬਜ਼ੀ ਖਾਂਦੇ ਅੱਛੀ ਅੱਛੀ ਦੇਸੀ ਘਿਓ ਹੁੰਦਾ ਹੀ ਵੇਲੇ ਡਾਲ ਦੇ ਦਾ ਤਾਂ ਨਾ ਹੀ ਕੋਨਾ ਡਾਲ ਤਾਂ ਹਾਈ ਕਰ ਦੇਸੀ ਘਿਓ ਆਈ ਤੇ ਮੱਖਣ ਲੱਛੀਆਂ ਝਗਦੇ ਆ ਤੇ ਇਹਦਾ ਦਾ ਮੱਖਣ ਉਹਦਾ ਹੀ ਇਹਨਾਂ ਦਾ ਮੱਖਣ ਰੋਟੀਆਂ ਦਾ ਖਾਂਦੇ ਆ ਤੇ ਮਾਤਾ ਜੀ ਜਲੰਧਰ ਤੁਸੀਂ ਆ ਗਏ ਜਲੰਧਰ ਦੇ ਬਾਅਦ ਇਹ ਜੇ ਨੋਤਨ ਦਾਸ ਜੀ ਹਨ ਇਹ ਕਿੱਥਾਂ ਜੰਮਿਆ ਹਨ ਪਾਣੀਪਤ ਜੰਮਿਆ ਹਨ ਜਾਂ ਗੁਡਿਆਣੀ ਜੰਮਿਆ ਹਨ ਇਹ ਪਾਣੀਪਤ ਇਹ ਪਾਣੀ ਜਲੰਧਰ ਤੋਂ ਸਿੱਧਾ ਤੁਸੀਂ ਪਾਣੀਪਤ ਆਇਆ ਵੇ ਹਾਂ ਤੇ ਤੁਹਾਡੇ ਜਿਹੜੇ ਖਾਵਿੰਦ ਹਨ ਤੁਹਾਡੇ ਹਸਬੈਂਡ ਤੁਹਾਡੇ ਪਤੀ ਤੁਹਾਡੇ ਘਰ ਵਾਲੇ ਉਹਨਾਂ ਦੀ ਜਿਹੜੇ ਗੁਜ਼ਰਾਨ ਹੈ ਉਹ ਕੱਢਣ ਤੇ ਆ ਆਪੇ ਦਰਸ਼ਕੋ ਸਮਝ ਸਕਦੇ ਵੇ ਕਿ ਦੋ ਬਾਲ ਹਨ ਉਹ ਵੀ ਬੜੇ ਛੋਟੇ ਹਨ ਤੇ ਇੱਕ ਮਾਤਾ ਜੀ ਹਨ ਰੋਜੀ ਰੋਟੀ ਦਾ ਕੋਈ ਸਾਧਨ ਕੋਈ ਕਮਾਈ ਦਾ ਕੋਈ ਸਾਧਨ ਕੋਈ ਕਿਉਂਕਿ ਬਾਲ ਤਾਂ ਇੱਕ ਸਾਲ ਦਾ ਬਾਲ ਤਾਂ ਕੋਈ ਕੰਮ ਨਹੀਂ ਕਰ ਸਕਦਾ ਤੁਹਾਡੇ ਘਰ ਵਾਲੇ ਦਾ ਸਵਰਗਵਾਸ ਕੱਢਣ ਥੀ ਆ ਇਹ 6 ਮਹੀਨੇ ਦਾ ਹੈ 6 ਮਹੀਨੇ ਦਾ ਹੈ ਤੇ ਤੁਹਾਡੇ ਘਰ ਵਾਲੇ ਦਾ ਸਵਰਗਵਾਸ ਤੇ ਗਿਆ ਪਾਣੀਪਤ ਵਿੱਚ ਹਾਂ ਇੱਥੇ ਹੀ ਕੁਆਟਰ ਇੱਥੇ ਆਈ ਇਸੇ ਕੁਆਟਰ ਵਿੱਚ ਤੇ ਉਹ ਵੇਲੇ ਤੁਹਾਡੇ ਘਰ ਦੇ ਹਾਲਾਤ ਕੀ ਹਨ ਹਾਲਾਤ ਬੜੀ ਖਰਾਬ ਆਈ ਹਮਾਰੇ ਕੋਲ ਪੈਸਾ ਕੋਈ ਉਹਨੇ ਖਪਨ ਜੋਗਾ ਵੀ ਦਰਸ਼ਕੋ ਬੜਾ ਸੈਡ ਵਿਸ਼ੇ ਹੈ ਇੱਕ ਬਾਲੀ ਬਾਈ ਆਪਣੀ ਉਤਾਰੀ ਉਹ ਕੋ ਵੇਚ ਆਇਆ ਕੇ ਵੀ ਜਾ ਇਨਕੇ ਪਾ ਇੰਨਾ ਕੋਲ ਪੈਸੇ ਕੋ ਨਾ ਨੂੰ ਵਲੇ ਤੂੰ ਸਾਫ ਸਮਝ ਸਕਦੇ ਵੇ ਕਿ ਬੰਦੇ ਕਿਤਨਾ ਲੁਟੀਚ ਕੇ ਆਏ ਹੋ ਸਨ ਕਿ ਘਰ ਵਾਲਾ ਮਰ ਗਏ ਔਰ ਪੈਸੇ ਨਹੀਂ ਹੈ ਇਹਨਾਂ ਨੇ ਆਪਣੀ ਇੱਕ ਬਾਲੀ ਉਤਾਰ ਕੇ ਵੇਚ ਉਤਾਰ ਕੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਕੋ ਸਦੱਸਿਆ ਕੋ ਦਿੱਤੀ ਦੇਵੀਦਾਸ ਇਹਨਾਂ ਦਾ ਦੇਵਰ ਲੱਗਦਾ ਹੈ ਤੁਹਾਡਾ ਤੁਹਾਡੇ ਘਰ ਵਾਲੇ ਦਾ ਭਤੀਜਾ ਹੈ ਮੇਰੇ ਬੂਆ ਦਾ ਪੁੱਤਰ ਦੇਵੀਦਾਸ ਇਹਨਾਂ ਦੇ ਬੂਆ ਦਾ ਪੁੱਤਰ ਹੈ ਔਰ ਉਹ ਕੋ ਇਹਨਾਂ ਨੇ ਆਪਣੀ ਚਿਲਕ ਉਤਾਰ ਕੇ ਦਿੱਤੀ ਕਿ ਕੋ ਵੇਚ ਆ ਤੇ ਕਫਨ ਦਫਨ ਦਾ ਇੰਤਜ਼ਾਮ ਕਰੋ ਦਾਹ ਸੰਸਕਾਰ ਦਾ ਇੰਤਜ਼ਾਮ ਕਰੋ ਪੈਸੇ ਲੋੜ ਪਤਾ ਮੈਂ ਕਿੱਥੋਂ ਲਵਾਂ ਔਰ ਬਹੁ ਵੱਡੀ ਗੱਲ ਇਹਨਾਂ ਇਹ ਆ ਕੇ ਸਵਾਭਿਮਾਨੀ ਮੈਂ ਆਪਣੇ ਔਨਲਾਈਨ ਵੀਡੀਓ 'ਚ ਦੱਸਿਆ ਸੀ ਕਿ ਇਹ ਬੰਦੇ ਜਿਹੜੇ ਉਸ ਟਾਈਮ ਪਾਕਿਸਤਾਨ ਦੇ ਉਸ ਹਿੱਸੇ 'ਚ ਆਏ ਹਨ ਇਤਨੇ ਸਵਾਭਿਮਾਨ ਹਨ ਭਾਵੇਂ ਮਜ਼ਬੂਰੀ ਕਿਤਨੀ ਕਿਉਂ ਨਹੀਂ ਪੱਲੇ ਭਾਵੇਂ ਕੁਝ ਵੀ ਨਹੀਂ ਲੇਕਿਨ ਭੀਖ ਨਹੀਂ ਮੰਗੀ ਕਈ ਦੇ ਅੱਗੋਂ ਪਿੰਨਾ ਕੋਨੀ ਇਹ ਸਰਦ ਵਾਲੀ ਗੱਲ ਆਈ ਇਹਨਾਂ ਨੇ ਆਪਣੀ ਚਿਲਕ ਉਤਾਰ ਕੇ ਆਪਣੀ ਵਾਲੀ ਉਤਾਰ ਕੇ ਆਪਣੇ ਭਤੀਜੇ ਕੋ ਦਿੱਤੀ ਦੇਵੀਦਾਸ ਕੋ ਕਿ ਇਹ ਵੇਚਾ ਉਹ 350 ਦੀ ਵੇਚਾ ਔਰ ਇਹਨਾਂ ਨੇ ਕਿਆ ਗੱਲ ਕੀਤੀ ਕਿਸੇ ਕੋਲ ਪੈਸੇ ਨਹੀਂ ਮੰਗਣੇ ਇਸ ਤਰ੍ਹਾਂ ਇਹਨਾਂ ਨੇ ਆਪਣੇ ਪਤੀ ਦਾ ਆਪਣੇ ਖਾਵਿੰਦ ਦਾ ਆਪਣੇ ਹਸਬੈਂਡ ਦਾ ਆਪਣੇ ਘਰ ਵਾਲੇ ਦਾ ਦਾਹ ਸੰਸਕਾਰ ਕਰਵਾਇਆ ਕਿਉਂਕਿ ਬਾਲ ਤਾਂ ਛੋਟੇ ਤੇ ਮਾਤਾ ਜੀ ਹੁਣ ਗਾਹ ਲੱਗੋ ਇਹ ਆਉਂਦੀ ਹੈ ਕਿ ਹੁਣ ਤੁਹਾਡੇ ਪਤੀ ਦੇਵ ਤਾਂ ਗੁਜ਼ਰ ਗਏ ਉਹਦੇ ਬਾਅਦ ਤੁਸੀਂ ਆਪਣੇ ਬਾਲਾਂ ਕੋ ਕਿਵੇਂ ਪਾਲਾ ਪੋਸਾ ਕਿਵੇਂ ਵੱਡਾ ਕੀਤਾ ਆਪਣੇ ਆਸ਼ਰਮ ਵਿੱਚ ਚਲੇ ਗਏ ਆਸ਼ਰਮ ਆਸ਼ਰਮ ਕਿੱਥਾ ਹੈ ਰੋਹਤਕ ਰੋਹਤਕ ਮਹਿਲਾ ਆਸ਼ਰਮ ਵਿੱਚ ਚਲੇ ਗਏ ਤਾਂ ਮਹਿਲਾ ਆਸ਼ਰਮ ਸਰਕਾਰ ਦੀ ਤਰਫੋਂ ਤੁਹਾਨੂੰ ਮਦਦ ਮਿਲ ਗਈ ਉੱਥਾਂ ਤੁਹਾਨੂੰ ਰੋਜੀ ਰੋਟੀ ਵੀ ਮਿਲ ਗਈ ਤੇ ਬਾਲਾਂ ਕੋ ਪੜ੍ਹਾਉਣ ਵਾਸਤੇ ਵੀ ਸਰਕਾਰ ਅੱਗੋਂ ਆ ਗਈ ਤੇ ਬਾਲ ਉੱਥਾਂ ਪੜ੍ਹਨ ਲੱਗ ਗਏ ਉੱਥਾਂ ਬਾਲ ਪੜ੍ਹੇ ਰੋਟੀ ਦਾ ਖਰਚਾ ਵੀ ਦੇ ਹਨ ਹੈ ਕੁਝ ਮੈਂ ਪੂਰਾ ਕਰਕੇ ਉੱਤੋਂ ਆਪਣਾ ਪਲੇ ਲਿਆ ਕੁਝ ਤੁਸਾਂ ਮਿਹਨਤ ਮਜ਼ਦੂਰੀ ਕੀਤੀ ਬਾਲਾਂ ਕੋ ਪੜ੍ਹਾਏ ਵੱਲ ਤੁਹਾਡੇ ਦੁਹਈਏ ਬਾਲ ਇਤਨੇ ਲਾਇਕ ਨਿਕਲੇ ਕਿ ਦੁਹਈਏ ਹੀ ਗੌਰਮੈਂਟ ਸਰਕਾਰੀ ਮੁਲਾਜ਼ਮ ਬਣੇ
ਤੇ ਵੱਡਾ ਛੋਰ ਵੀ ਤੇ ਛੋਟਾ ਛੋਰ ਵੀ। ਵੱਡਾ ਛੋਰ ਰੂਪਚੰਦ ਜਿਹੜੇ ਹੁਣ ਚੰਡੀਗੜ੍ਹ ਰਹਿੰਦੇ ਨੇ ਤੇ ਛੋਟਾ ਛੋਰ ਤੁਹਾਡੇ ਸਾਹਮਣੇ ਬੈਠੇ ਨੌਤਨ ਦਾਸ ਜੀ, ਉਹ ਵੀ ਆਰਮੀ ਤੋਂ ਰਿਟਾਇਰ। ਆਰਮੀ ਤੋਂ? ਯੈਸ, ਮੈਂ 40 ਸਾਲ ਆਰਮੀ ਤੋਂ ਰਿਟਾਇਰ ਹੋ ਕੇ ਪਾਣੀਪਤ ਆਪਣੇ ਸ਼ਹਿਰ ਆ ਗਿਆ ਅਤੇ ਮੈਨੂੰ ਬੜੀ ਖੁਸ਼ੀ ਹੋਈ। ਮੈਂ 40 ਸਾਲ ਦਾ ਬਨਵਾਸ ਕੱਟਿਆ, ਸੂਰੀ ਨੌਕਰੀ ਮੈਂ ਜੰਮੂ ਕਸ਼ਮੀਰ 'ਚ ਕੀਤੀ। ਉਹਦੇ ਬਾਅਦ ਮੈਂ ਪਾਣੀਪਤ ਆਪਣਾ ਪੁਸ਼ਤਾਨੀ ਜਿਹੜਾ ਮਕਾਨ ਸੀ ਉਹ ਬਣਾ ਕੇ ਆਪਣੇ ਮਾਤਾ ਨਾਲ ਪਰਿਵਾਰ ਨਾਲ ਰਹਿ ਰਿਹਾ। ਦੇਖੋ ਜੀ, ਨੌਤਨ ਦਾਸ ਜੀ ਨੇ ਵੀ ਇੰਡੀਅਨ ਆਰਮੀ ਦੀ ਸੇਵਾ ਕੀਤੀ ਹੈ। ਜੰਮੂ ਕਸ਼ਮੀਰ ਵਿੱਚ ਇਹਨਾਂ ਦੀ ਪੋਸਟਿੰਗ ਰਹੀ ਹੈ ਅਤੇ ਇਹਨਾਂ ਦੇ 2 ਬਾਲ ਹਨ, ਦਵਾਈਆਂ ਮੈਰਿਡ ਹਨ, ਬੜਾ ਸੋਹਣਾ ਪਰਿਵਾਰ ਹੈ। ਅਤੇ ਵੱਡੇ ਰੂਪਚੰਦ ਜੀ ਚੰਡੀਗੜ੍ਹ ਰਹਿੰਦੇ ਨੇ, ਉਹ ਵੀ ਆਰਮੀ ਤੋਂ ਹੀ ਰਿਟਾਇਰ ਹਨ। ਬੜੀ ਅੱਛੀ ਉਹ ਜ਼ਿੰਦਗੀ ਗੁਜ਼ਰੇਂਦੇ ਪੈਣ। ਅਤੇ ਮਾਤਾ ਜੀ, ਹੁਣ ਤੁਸਾਂ ਮੈਨੂੰ ਲੱਗਦੇ ਕਿ ਜਿਹੜੇ ਵੇਲੇ ਬਾਲ ਤੁਹਾਡੇ ਸੈਟਲ ਥੀ ਗਏ ਉਹ ਵੇਲੇ ਤੁਹਾਨੂੰ ਲੱਗਾ ਕਿ ਹੁਣ ਮੇਰੀ ਜਿਹੜੀ ਜ਼ਿੰਦਗੀ ਉਹ ਆਸਾਨ ਥੀ ਵੀ ਸੀ। ਕਿਆ ਤੁਹਾਡੇ ਬਾਲਾਂ ਨੇ ਤੁਹਾਡੀ ਪੂਰੀ ਪੂਰੀ ਸੇਵਾ ਕੀਤੀ ਹੈ? ਪੂਰੀ ਸੇਵਾ ਕੀਤੀ। ਕਿਆ ਤੁਸਾਂ ਬਾਲਾਂ ਦੀ ਸੇਵਾ ਕਿਨੂੰ ਖੁਸ਼ ਹੈ? ਖੁਸ਼ ਹੈ, ਬਾਲਾਂ ਕੋਲ ਰਹਿ ਕੇ ਖੁਸ਼ ਹੈ। ਤੇ ਬਾਲਾਂ ਨਾਲ ਤੁਹਾਡਾ ਆਸ਼ੀਰਵਾਦ ਵੀ ਹੈ। ਹਾਂ। ਤੇ ਮਾਤਾ ਜੀ, ਮੈਂ ਤੁਹਾਡੇ ਕੋਲੇ ਪੁੱਛਣਾ ਚਾਹਤਾ ਕਿ ਉਹ ਵੇਲੇ ਦੇ ਰੀਤੀ ਰਿਵਾਜ ਕਿਹੋ ਹੁੰਦੇ ਆ? ਰੀਤੀ ਰਿਵਾਜ ਬਸ ਸਾਦਾ ਹੁੰਦਾ ਹੀ ਬਸ। ਨਹੀਂ, ਜਿਵੇਂ ਡੰਡੀ ਮੁਕਟ ਕਰਾਉਂਦੇ ਹਨ, ਡੰਡੀ ਪੂਜਣ ਵੇਂਦੀਆਂ ਹਨ, ਜਿਵੇਂ ਬਾਲਾਂ ਕੋ ਮਾਤਾ ਨਿਕਲ ਆਉਂਦੀ ਆਈ, ਮਾਈ ਨਿਕਲ ਆਉਂਦੀ ਆਈ, ਸਵਾਰ ਰੱਖਦੇ ਆ, ਠੱਡੀਆਂ ਮਿੱਠੀਆਂ ਰੋਟੀਆਂ ਪਕਾਉਂਦੇ ਆਵੇ ਤੇ ਵੱਲ ਡੰਡੀ ਪੂਜਣ ਵੇਂਦੇ ਹਨ, ਢੋਲ ਧਮਾਕਾ ਕਰਕੇ ਵੇਂਦੇ ਹਨ। ਤੇ ਇਹ ਵੀ ਗੱਲ ਦੱਸੋ ਮਾਤਾ ਜੀ ਕਿ ਅੱਜ ਕੱਲ੍ਹ ਦੇ ਜਿਹੜੇ ਬਾਲ ਹਨ ਨਾ ਆਪਣੇ ਘਰਾਂ 'ਚ ਮੁਲਤਾਨੀ ਜਾਂ ਸਰਾਇਕੀ ਨਹੀਂ ਬੁਲੈਂਦੇ, ਤੇ ਇਹਦੇ ਵਾਸਤੇ ਤੁਸੀਂ ਕਿਆ ਆਖਣਾ ਚਾਹੋ? ਮਾਤਾ ਜੀ, ਅਗਰ ਤੁਹਾਨੂੰ ਮੌਕਾ ਮਿਲੇ ਇੱਕ ਵਾਰੀ ਤੁਸੀਂ ਵੱਲ ਪਾਕਿਸਤਾਨ ਦੇ ਉਹ ਹਿੱਸੇ 'ਚ ਵੰਡਣਾ ਚਾਹੁੰਦੇ ਹੋ, ਕਾਜ਼ੀ ਦੇ ਵਸਤੇ ਜਾਂ ਜਾਲਾਲਾ ਜਿੱਥੇ ਤੁਹਾਡੇ ਆਪਣੇ ਮਕਾਨ ਹਨ, ਤੁਸੀਂ ਆਪਣੇ ਉਹ ਕੱਚੇ ਪੱਕੇ ਮਕਾਨ ਬਣ ਕੇ ਦੇਖਣਾ ਚਾਹੁੰਦੇ ਹੋ? ਹਾਂ, ਮੌਕਾ ਮਿਲੇ ਤਾਂ ਜਾਵਾਂਗੇ। ਕਿਆ ਤੁਸੀਂ ਆਪਣੇ ਮਕਾਨ ਕੋ ਸੁਨਾਣ ਗਿੰਸੋ? ਹਾਂ, ਪਛਾਣ ਗਿੰਸੋ। ਤੇ ਗਲੀਆਂ ਛਲੀਆਂ ਕੋ ਪਛਾਣ ਗਿੰਸੋ? ਸਾਰਾ ਕੁਝ। ਤੇ ਤੁਸੀਂ ਇੱਕ ਵਾਰੀ ਉੱਥਾ ਵੱਲ ਵੰਡਣਾ ਚਾਹੁੰਦੇ ਹੋ? ਹਾਂ। ਤੇ ਤੁਸੀਂ ਕਿਵੇਂ ਵੰਡ ਸਕਦੇ ਹੋ? ਸਰਕਾਰ ਭੇਜੇਗੀ ਤਾਂ ਵੰਡ ਜਾਂਦੇ। ਦੇਖੋ ਦਰਸ਼ਕੋ, ਤੇ ਮੈਂ ਦਵਾਈਆਂ ਮੁਲਕਾਂ ਦੀਆਂ ਸਰਕਾਰਾਂ ਕੋ ਵੀ ਨਿਵੇਦਨ ਕਰੇ ਸਾਂ, ਪ੍ਰਾਰਥਨਾ ਕਰੇ ਸਾਂ, ਅਪੀਲ ਕਰੇ ਸਾਂ ਅਤੀ ਕਿ ਇੱਕ ਵਾਰੀ ਕੁਝ ਅਜਿਹਾ ਪ੍ਰੋਸੀਜਰ ਜ਼ਰੂਰ ਬਣਾਇਆ ਵੰਜੇ ਕਿ ਜਿਹੜੀ ਸਾਡੀ ਵੀਜ਼ਾ ਪ੍ਰੋਸੈਸ ਹੈ ਉਹ ਕੋ ਆਸਾਨ ਕੀਤਾ ਵੰਜੇ, ਤਾਂ ਕਿ ਮਾਤਾ ਜੀ ਇੱਕ ਵਾਰੀ ਆਪਣੇ ਬਾਲਾਂ ਨਾਲ ਵੰਜ ਕੇ ਦੁਬਾਰਾ ਉਹ ਜਗ੍ਹਾ ਕੋ ਦੇਖ ਆਵੇ ਜਿੱਥਾਂ ਇਹ ਪੱਲੀ ਵੱਡੀ ਥਈਏ, ਜਿੱਥਾਂ ਇਹਨਾਂ ਦੀ ਸ਼ਾਦੀ ਥਈਏ। ਮਾਤਾ ਜੀ, ਤੁਸਾਂ ਜਿਹੜੇ ਵੇਲੇ ਜਾਲ ਵਾਲੇ ਜਾਂ ਕਾਜ਼ੀ ਦੀ ਬਸਤੀ 'ਚ ਰਹਿੰਦੇ ਆਵੇ, ਤੁਸਾਂ ਕਿਦਾਈ ਗੱਡੀ 'ਤੇ ਬੈਠੇ ਆਵੇ, ਟ੍ਰੇਨ 'ਤੇ? ਹਰਿਦੁਆਰ ਗਿਆ ਸੀ, ਹਰਿਦੁਆਰ ਆਪਣੇ ਘਰ ਵਾਲੇ ਨਾਲ ਗਏ ਆਵੇ ਤੇ ਪਹਿਲੇ ਗੱਡੀ ਕਿੱਥੋਂ ਪਕੜੀ ਆਈ ਤੁਸਾਂ, ਯਾਦ ਹੈ? ਲਈਏ ਤੂੰ ਪਕੜ ਕੇ ਕਿੱਥਾਂ ਗਏ ਆਵੇ? ਹਰਿਦੁਆਰ ਨਾ, ਲਈਏ ਤੂੰ ਲਾਹੌਰ ਗਏ ਹੋ? ਮੁਜ਼ੱਫਰਗੜ੍ਹ। ਅੱਛਾ, ਲਈਏ ਤੂੰ ਮੁਜ਼ੱਫਰਗੜ੍ਹ। ਅੱਛਾ, ਵੱਲ ਸਹਾਰਨਪੁਰ ਗਯੋ ਸੀ, ਸਹਾਰਨਪੁਰ ਦੇ ਬਾਅਦ ਵੱਲ ਹਰਿਦੁਆਰ ਗਯੋ ਸੀ ਤੇ ਅੱਛਾ, ਤੇ ਹਰਿਦੁਆਰ ਤੁਸੀਂ ਕਿਤਨੇ ਦਿਹਾੜੇ ਰਹੇ ਆਵੇ? 3 ਮਹੀਨੇ ਤੁਸੀਂ ਹਰਿਦੁਆਰ ਰਹੇ? ਵਾਹ, ਇਹਨਾਂ ਮਤਲਬ ਤੁਹਾਡੇ ਕੋਲ ਪੈਸੇ ਹਨ ਦੇ ਸਰੇ ਵਾਲੇ? ਪੈਸੇ ਪੜੇ ਹਨ, ਅੱਟਾ ਦਾਣਾ ਬੋਝਾ ਭਰ ਕੇ ਅੱਟੇ ਦੇ ਲੈ ਗਿਆ। ਅੱਛਾ, ਤੇ ਤੁਸੀਂ ਇਹ ਵੀ ਆਖੇ ਕਿ ਤੁਸੀਂ ਤਕੜੇ ਸਰਾਫ ਆਵੇ ਪਿੱਛੋਂ, ਪਰ ਕਾਫੀ ਪੈਸੇ ਵਾਲੇ ਆਵੇ। ਦੇਖੋ ਜੀ, ਇਤਨੇ ਪੈਸੇ ਵਾਲੇ ਬੰਦੇ ਠੀਕ ਕਿ ਬਹੁਤ ਪਰਿਵਾਰ ਗਿਆ ਹੀ, ਤੇ ਜਿਹੜੇ ਵੇਲੇ ਸਭ ਕੁਝ ਖਤਮ ਥੀ ਵੈਂਦੇ, ਮੈਂ ਇਮੋਸ਼ਨਲ ਦੁਬਾਰਾ ਨਹੀਂ ਥੀਵਣਾ ਚਾਹੁੰਦਾ ਗੱਲ ਉਠਾਈਆਂ ਦੀ, ਕਿ ਤੁਸੀਂ ਆਪੇ ਸਮਝ ਬਣੋ ਕਿ ਇੱਕ ਬੰਦਾ ਰਾਜਾ ਤੋਂ ਰੰਕ ਬਣਵੈਂਦੇ ਤੇ ਸਾਡੀ ਬਹੁਤ ਵੱਡੀ ਵਿਡੰਬਣਾ ਹੈ। ਤੇ ਮਾਤਾ ਜੀ, ਕਿਦਾਂ ਹੀ ਹਵਾਈ ਜਹਾਜ਼ ਬੈਠੇ ਹੋ ਹੁਣ ਆਪਣੇ ਬਾਲਾਂ ਦੇ ਰਾਜ ਵਿੱਚ? ਹਾਂ, ਹਵਾਈ ਜਹਾਜ਼ ਮਨੀਪੁਰ ਗਏ। ਹਵਾਈ ਜਹਾਜ਼ ਤੇ ਬਹਿ ਕੇ ਤੁਸੀਂ ਮਨੀਪੁਰ ਗਏ? ਹਵਾਈ ਜਹਾਜ਼ ਤੇ ਬਹਿਣ ਨਾਲ ਤੁਹਾਨੂੰ ਡਰ ਤਾਂ ਕੋ ਨਾ ਲੱਗਾ? ਨਾ, ਹਵਾਰੇ ਪੁਡਾਰੀ ਕੋ ਨਹੀਂ ਲੱਗਾ। ਤੇ ਮੈਂ ਕੋ ਕਹੀ ਨਹੀਂ ਆਕੇ ਕਿ ਏਅਰ ਹੋਸਟੇ ਜਿਹੜੇ ਹੁੰਦੇ ਹਵਾਈ ਜਹਾਜ਼ ਵਿੱਚ, ਉਹਨਾਂ ਨੇ ਤੁਹਾਡੇ ਨਾਲ ਮਿਲ ਕੇ ਸੈਲਫੀਆਂ ਕਿਦੀਆਂ? ਹਾਂ, ਉਹ ਮਾਤਾ ਜੀ ਕਾ ਬੈਠਾ ਤੇ। ਅੱਛਾ, ਮੈਂ ਕਿਹਾ ਤਾਂ ਮਨੀਪੁਰ ਵਾਲੇ ਤੇ। ਅੱਛਾ, ਤੁਹਾਡੇ ਕੋਲ ਦਾ ਦਈ ਮੈਂ ਕਿ ਮੇਰੀ ਲੜਕੀ ਆ ਗਈ। ਅੱਛਾ, ਤੁਸੀਂ ਮਨੀਪੁਰ ਗਏ ਆਵੇ, ਇਹਨਾਂ ਦੀ ਜੀ ਪੋਤਰੀ ਜਿਹੜੀ ਹੈ ਉਹਨਾਂ ਦੇ ਜਿਹੜੇ ਹਸਬੈਂਡ ਹਨ ਉਹ ਐਸ ਪੀ ਹਨ, ਸੁਪਰੀਡੈਂਟ ਪੁਲਿਸ ਇਨ ਮਨੀਪੁਰ।
ਤੇ ਉਹਨਾਂ ਕੋਲ ਮਿਲਣ ਗਏ ਹਨ। ਬੜੇ ਅੱਛਾ ਰੈਪੂਟਿਡ ਪੋਸਟ ਹੈ, ਬੜਾ ਅੱਛਾ ਪਰਿਵਾਰ ਹੈ। ਅੱਜ ਦੀ ਮੁਲਾਕਾਤ ਅਸੀਂ ਇੱਥੇ ਹੀ ਖਤਮ ਕਰਨੇ ਹੈ। ਮਾਤਾ ਲੇਖੀ ਬਾਈ ਜੀ ਨੇ ਆਪਣਾ ਜਿਹੜਾ ਅਨੁਭਵ ਹੈ, ਆਪਣਾ ਐਕਸਪੀਰੀਅੰਸ, ਆਪਣਾ ਜਿਹੜਾ ਤਜ਼ਰਬਾ ਹੈ ਜ਼ਿੰਦਗੀ ਦਾ, ਕਿਆ ਕਿਆ ਇਹਨਾਂ ਨਾਲ ਹਟੇ ਥੀ ਆਈ ਉਹ ਦੱਸੇ। ਅਸੀਂ ਬਹੁਤ ਬਹੁਤ ਸ਼ੁਕਰੀਆ ਕਰਨੇ ਹਾਂ ਮਾਤਾ ਜੀ ਦਾ। ਅਤੇ ਨਾਲ ਨਾਲ ਜਿਵੇਂ ਕਿ ਅਸਾਂ ਹਰ ਵਾਰੀ ਆਪਣੇ ਪ੍ਰੋਗਰਾਮ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਹਾਂ ਕਿ ਸਾਡਾ ਮਕਸਦ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਨਾਲ ਨਾਲ ਇੱਕ ਬੁਝਾਰਤ ਪੁੱਛਣਾ ਵੀ ਹੈ ਅਤੇ ਦੂ ਅਖਾਣ ਆਖਣਾ ਵੀ ਹੈ। ਅਤੇ ਅੱਜ ਦੀ ਬੁਝਾਰਤ ਅਤੇ ਦੂ ਅਖਾਣ ਮੈਂ ਤੁਹਾਡੇ ਕੋਲ ਪੁੱਛਦਾ ਪਿਆ, ਜੇ ਧਰਤਾ ਕੋ ਪਤਾ ਹੋਵੇ ਤਾਂ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਉਹਦਾ ਆਨਸਰ ਜ਼ਰੂਰ ਲਿਖਾਣੇ। ਪਹਿਲਾ ਅਖਾਣ ਹੈ, ਅੰਧੀ ਪੀਂਦੀ ਪਈ ਹੈ ਕੁੱਤੇ ਲਕੇਂਦੇ ਪਏ। ਅੰਧੀ ਪੀਂਦੀ ਪਈ ਹੈ ਕੁੱਤੇ ਲਕੇਂਦੇ ਪੈਣ, ਇਹਦਾ ਕਿਆ ਮਤਲਬ ਹੁੰਦੇ? ਦੂਜਾ, ਪਰਾਇਆ ਘਰ ਅਤੇ ਥੁੱਕ ਦਾ ਵੀ ਡਰ। ਪਰਾਇਆ ਘਰ ਅਤੇ ਥੁੱਕ ਦਾ ਵੀ ਡਰ। ਅਤੇ ਅੱਜ ਦੀ ਬੁਝਾਰਤ ਹੈ, ਦੂ ਕਬੂਤਰ ਉੱਡਦੇ ਵਹਿੰਦੇ, ਦੂ ਕਬੂਤਰ ਉੱਡਦੇ ਵਹਿੰਦੇ, ਖੰਭ ਉਹਨਾਂ ਦੇ ਕਾਲੇ, ਨਾ ਕੁਝ ਖਾਵਣ ਨਾ ਕੁਝ ਪੀਵਣ, ਰੱਬ ਉਹਨਾਂ ਕੋ ਪਾਲੇ। ਇੱਕ ਵਾਰੀ ਵੱਲ, ਦੂ ਕਬੂਤਰ ਉੱਡਦੇ ਵਹਿੰਦੇ, ਖੰਭ ਉਹਨਾਂ ਦੇ ਕਾਲੇ, ਨਾ ਕੁਝ ਖਾਵਣ ਨਾ ਕੁਝ ਪੀਵਣ, ਰੱਬ ਉਹਨਾਂ ਕੋ ਪਾਲੇ। ਅੱਜ ਦਾ ਸਾਡਾ ਪ੍ਰੋਗਰਾਮ ਇੱਥੇ ਹੀ ਖਤਮ ਥੀਂਦੇ। ਜੇਕਰ ਸਾਡਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦੇ, ਇਹ ਸ਼ੇਅਰ ਕਰੋ ਵੱਧ ਤੋਂ ਵੱਧ, ਤਾਂ ਕਿ ਅਸਾਂ ਨਵੀਆਂ ਸ਼ੀਆਂ ਹੋਰ ਵਧੀਆ ਪ੍ਰੋਗਰਾਮ ਬਣਾ ਕੇ ਆਉਂ। ਅਤੇ ਕੁਛ ਸ਼ੇਅਰ ਕਰੋ, ਕਮੈਂਟ ਕਰੋ। ਅਗਰ ਤੁਸੀਂ ਸਾਡਾ ਅਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਇਹ ਸਾਡੇ ਚੈਨਲ ਦਾ ਨਾਂ ਹੈ ਮੁਲਤਾਨੀ ਬੋਲੀ, ਅੱਜ ਹੀ ਸਬਸਕ੍ਰਾਈਬ ਕਰ ਦਿਨੋ, ਤਾਂ ਕਿ ਅਗਲੇ ਵੀਡੀਓ ਅਗਲੇ ਐਪੀਸੋਡ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਸਕਣ। ਰਾਮ ਰਾਮ, ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਮੇਰੇ ਸਾਰੇ ਯਾਰਾਂ ਦੋਸਤਾਂ ਕੋਲ ਪ੍ਰਾਰਥਨਾ ਗੁਜ਼ਾਰਿਸ਼, ਇਹ ਵੀਡੀਓ ਆਪਣੇ ਵਡੇਰੀਆਂ ਕੋਲ ਜ਼ਰੂਰ ਦਿਖਾਓ, ਤਾਂ ਕਿ ਉਹਨਾਂ ਕੋਲ ਵੀ ਆਪਣੇ ਪੁਰਾਣੇ ਘਰ ਯਾਦ ਆ ਸਕਣ, ਪੁਰਾਣੀਆਂ ਯਾਦਾਂ ਆ ਸਕਣ, ਪੁਰਾਣੀਆਂ ਗਲੀਆਂ ਯਾਦ ਆ ਸਕਣ, ਉਹ ਵੀ ਯਾਰ ਬੇਲੀਆਂ ਕੋਲ ਯਾਦ ਕਰ ਸਕਣ। ਰਾਮ ਰਾਮ, ਅਸਲਾਮ ਵਾਲੇਕੁਮ।